ਕਿ ਮਹਾਰਾਜ ਜਿਹੜਾ ਸਾਡਾ ਖਾਲ ਹੈ ਉਹਦੇ 'ਚ ਰੂਰਲ ਡਿਵੈਲਪਮੈਂਟ ਵਾਲੇ PHE ਪਾਈਪ ਪਾਈ ਉੜੀ ਦੀ ਹੈ, ਇਹਨੇ ਉਸੀ ਉੱਪਰ ਪਾਈ ਉੜਿਆ, ਪਲਸਤਰ ਕਰੀਏ ਛੱਡ ਉੜਿਆ, ਉਹ ਪੈਪਾਂ ਬਾਹਰ ਰਹੀਆਂ, ਉਹ ਡਾਫ ਲੱਗਣੀ ਹੈ ਸਾਰੇ ਜਗ੍ਹਾ, ਨਹੀਂ ਪਾਣੀ ਚੜ੍ਹਦਾ, ਕਿਉਂ ਨਹੀਂ ਸੁਣਾ ਦੇ ਜ਼ਿਮੀਦਾਰਾਂ ਦੀ, ਉਸੀ ਪਤਾ ਪਾਣੀ ਕੀ ਹੈ ਜਾਣਦਾ, ਇਹ ਇੰਜੀਨੀਅਰ ਆ ਇੱਕ ਜੋ ਲੈਂਦਾ ਦੂਰਬੀਨ ਜੀ ਜੇ ਖੜੋਈ ਜਾਂਦਾ ਹੈ ਉਹਦੇ ਕੋਲ ਕੋਈ ਕਿਸਾਨਾਂ ਦੀ ਬਾਜ ਮਾਰਦਾ ਸੁਣਾ ਵੀ ਇੱਥੇ ਪਾਣੀ ਕਿੰਨਾ ਚੜ੍ਹਦਾ, ਕਿੰਨਾ ਚੜ੍ਹਨਾ ਚਾਹੀਦਾ, ਤੁਸੀਂ ਆਖਦੇ ਰਾਵੀ ਤਵੀ ਇਰੀਗੇਸ਼ਨ, ਉਹ ਵੀ ਬਣੀ ਪਤਾ ਕਰਿਓ ਨਹਿਰ ਆਊਗਾ ਨਹੀਂ ਹੋਣੀ ਹੈ ਗੁਨਾ ਹੋਣੀ ਕੁੱਥੋਂ ਹੋਣੀ, ਤੁਸੀਂ ਪੱਤਰਕਾਰ ਹੋ ਪਤਾ ਕੱਢਣਾ ਚਾਹੀਦਾ, ਨਹੀਂ ਹੁਣ ਜਾਣੇ ਪਾਉਣਾ ਉੱਧਰ ਵੀ ਜਾਣੇ ਪਾਉਣਾ, ਠੀਕ ਹੈ ਤੁਹਾਡੀ ਫਰਾਟੀ ਮਤੀ ਹੁੰਦੀ ਹੈ ਕਿ ਮੈਂ ਗੱਲ ਓਹੋ ਮੈਂ ਤੇ ਵਜੂਦ ਚ ਵੀ ਆਖਦਾ ਤੁਸੀਂ ਕੀ ਕਿ ਜਿਹੜੀਆਂ ਚੀਜ਼ਾਂ ਸਾਡੇ ਚ ਲੋਕ ਆਦੇ ਪੱਗਾਂ ਪੁੱਗਾਂ ਖੁੱਲੀਆਂ ਮਨਾਸੇ ਵੱਜਣ ਲੱਗੀ ਪਏ ਨੇ, ਜਿਹੜੇ ਬਾਜੇ ਕਦੇ ਨੀ ਵੱਜੇ ਉਹ ਵੀ ਵੱਜਣ ਲੱਗੀ ਪਏ ਨੇ, ਉਹ ਵੱਜਿਆ ਦੇ ਤਾਣ ਹੈ ਕਿ ਭਾਈ ਇੱਥੇ ਮੈਂ ਤੁਸੀਂ ਸੁਣਾ ਚਲੋ ਮੇਰੇ ਕਨੇ ਕੱਲ ਤੁਸੀਂ ਮੈਂ ਚਿਮਨੇ ਚੱਕਾਂ ਦੀ ਨਹਿਰ ਦੱਸਾਂ ਬਿਸ਼ਨਾਹ ਦੇ ਅੰਦਰ, ਅਗਰ ਉਹ ਚ ਜੜੀ ਨਹੀਂ ਹੋਇਆ ਮੈਂ ਰਿਆਸਤ ਛੋੜ ਦੇ, ਕਦੇ ਨਹਿਰਾ ਜੜੀ ਹੁੰਦੀ ਹੈ, ਕਿਹੜੀ ਜੜੀ, ਜਿਹੜੀ ਫੁੱਲਿਆਂ ਵਾਲੀ ਜੜੀ ਤਲਾਏ ਚ ਹੁੰਦੀ, ਜਿਹੜੀ ਪਟਾਕੇ ਪਟਾਕੇ ਚਲਾਉਂਦੇ ਖੜੁੱਤ ਪਾਣੀ ਚ, ਜਾਓ ਸ਼ਾਹਪੁਰਾ ਕੋਲ ਚਿਮਨੇ ਚੱਕਾਂ ਵਾਲੀ ਰੋਡ ਪਰ ਜਾਇਓ, ਅਗਰ ਉੱਥੇ ਨਹੀਂ ਜੜੀ ਹੋਗ ਖੈਰੀ ਵਾਲੀ ਨਹਿਰਾਂ ਚ ਜੜੀ ਨਹੀਂ ਹੋਗ ਮੇਰੇ ਨਾਲ ਗੱਲ ਕਰਿਓ, ਤੁਸੀਂ ਪਹਿਲਾਂ ਵੈਟਰਨਰੀ ਪਾਸ ਆਚਾ ਨਾ ਐਗਰੀਕਲਚਰ ਵਾਲੇ ਦਾ, ਬਿਲਕੁਲ ਇਹਨੇ ਪੁੱਛੋ ਤੁਹਾਡੇ ਕੋਲ ਬੁੱਲ ਹੈ, ਤੁਹਾਡੇ ਕੋਲ ਗਾਓ ਹੈ ਉੱਥੇ, ਕਿੰਨਾ ਮਾਰਾ ਅਮਾਉਂਟ ਕਰਦਾ ਤੇ ਕਿੰਨਾ ਸੀਮਨ ਡੋਨੇਟ ਕਰਦਾ, ਬੁੱਲ ਨਹੀਂ ਕੁੱਤੇ ਦੀਆਂ ਗੱਡੀਆਂ ਤੇ ਬਣੀ ਜਾਂਦੀਆਂ ਬਰੋ, ਮਾਰੇ ਅਫਸਰੇ ਦੀਆਂ ਦੇਖੋ ਨਾ ਫਿਰ ਮਾਰਾ ਇੱਕ ਸਾਗ ਦੀ ਪਤਾ ਤੁਸੀਂ ਸਾਰਾ ਆਪਣੀ ਜਵਾਨ ਦੂਏ ਦੇ ਮੂੰਹੇ ਪਾਉਂਦੇ ਹੋ, ਮਿਗੀ ਦੱਸੋ ਕਿਆ ਇਹਦੇ ਕੋਲ ਸੀਮਨ ਬੈਂਕ ਹੈ ਸ਼ੇਰ ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ ਚ, ਕਿਆ ਬੁੱਲ ਹੈ ਨਾ ਆਪਣੇ ਘੋੜੇ ਹੈ ਨਾ, ਅਗਰ ਕੋਈ ਪ੍ਰੈਕਟੀਕਲ ਪੜ੍ਹਨਾ ਜਾਂ ਬਲੈਕ ਬੋਰਡ ਵਰਗਾ ਬੱਚਾ ਛਾਪਣਾ ਤੋਂ ਪੜ੍ਹਾਉਣਾ, ਹਾਂ ਕੋਈ ਅਗਰ ਕਰੇ ਇਹਦੀ ਬਰੀਡ ਪਾਲਿਸੀ ਆਈ ਜਾਂਦੀ ਹੈ, ਇਹਨੇ ਬੰਦਾ ਪੁੱਛਿਆ ਕਿ ਭਾਈ ਮੇਰੇ ਤੁਹਾਡੀ HF ਹੈ, ਤੁਹਾਡੀ ਹੋਸਟਲ ਫਰੀਜਨ ਨਹੀਂ ਹੈ ਤੇ F2 ਹੈ, ਤੁਹਾਡੀ ਜਰਸੀ ਹੈ, ਤੁਹਾਡੀ ਸ਼ਾਹੀਵਾਲ ਹੈ, ਤੁਹਾਡੀ ਗੀਰ ਹੈ, ਤੁਹਾਡੀ ਥਾਰਪਰਕਰ ਹੈ, ਤੁਹਾਡੀ ਰੈੱਡ ਸਿੰਧੀ ਹੈ, ਤੁਹਾਡੀ ਆਪਣੀ ਨਸਲ ਕਿਹੜੀ ਹੈ, ਆਪਣੀ ਕੋਈ ਵੀ ਨਹੀਂ, ਤੇ ਜੇ ਕੋਈ ਕਰੇ ਨਹੀਂ ਜੀ ਸਾਡੀ ਬਰੀਡ ਪਾਲਿਸੀ ਨੇ ਕਲੈਸ਼ ਵਾਲਾ, ਅਸੀਂ ਕਿਹੜੀ ਗਾਓ ਲਖਨਪੁਰਾ ਨਹੀਂ ਅੰਦਰ, ਨਵੇਂ ਸ਼ਹਿਰ ਸ਼ਹਿਰਾਂ ਦੀ ਜਿਹੜੀ ਵਾਸਪਤੀ ਹੈ ਸਿਰਫ ਜੰਮੂ ਖੇਤੇ 'ਚ ਗਿਆ ਨਹੀਂ ਪੂਰੇ ਸੰਸਾਰ 'ਚ ਬੜੀ ਮਸ਼ਹੂਰ ਹੈ, ਕਾਰਨ ਇਹ ਹੈ ਕਿ ਚਨਾਬ ਦਰਿਆ ਦਾ ਜਿਹੜਾ ਸ਼ੀਤਲ ਨਿਰਮਲ ਠੰਡਾ ਜਲ ਜਿਹੜਾ ਹੈ ਉਹਦੇ ਜੜੇ ਗੀ ਲੱਗਦਾ ਹੈ, ਬੂਟਾ ਬਰੋਸ ਕਰਦਾ ਹੈ ਅਤੇ ਫਿਰ ਉਹ ਬਾਸਪਤੀ ਜਿਹੜੀ ਹੈ ਵਿਦੇਸ਼ਾਂ 'ਚ ਵੀ ਅਤੇ ਦੇਸ਼ਾਂ 'ਚ ਵੀ ਆਪਣੀ ਜਿਹੜੀ ਖੁਸ਼ਬੂ ਹੈ ਖਿਲਾਰਦੀ ਹੈ, ਇਸ ਵੇਲੇ ਲੈਬ ਲੱਗਾ ਕਰਦੇ ਨੇ ਪਰ ਮਤੀਆਂ ਜਗ੍ਹਾ ਦਾ ਇਹ ਸ਼ਿਕਾਇਤ ਆਵਾ ਕਰਦੀ ਹੈ ਕਿ ਨਹਿਰਾਂ ਦਾ ਜਿਹੜਾ ਰਣਵੀਰ ਨਹਿਰਾਂ ਦਾ ਪਾਣੀ ਹੈ ਉਹਦੇ ਤੱਕ ਪੁੱਜਾ ਦਾ ਨਹੀਂ ਹੈ, ਕਾਰਨ ਕੀ ਹੈ ਕੁੱਥੇ ਵਿਘਨ ਪਵਾ ਕਰਦਾ ਹੈ ਔਰ ਕੁੱਥੇ ਜਿਹੜੇ ਸਾਡੇ ਕਿਸਾਨ ਭਰਾ ਨੇ ਕੀ ਪਰੇਸ਼ਾਨੀ ਝੱਲਾ ਕਰਦੇ ਨੇ, ਇਸ ਸੰਬੰਧਾਂ 'ਚ ਗੱਲਬਾਤ ਕਰਨੀ ਕੀਤੇ ਮੇਰੇ ਕੰਨੇ ਮੌਜੂਦ ਨੇ ਮੰਤਰੀ ਰਜੇਸ਼ ਬਿੱਟੂ ਔਰ ਜਿਹੜੇ ਕਿਸਾਨ ਸਲਾਹਕਾਰ ਬੋਰਡ ਦੇ ਪੂਰਵ ਸਦੱਸ ਨੇ, ਇੱਕ ਤਾਂ ਮੰਤ ਜੀ ਤੁੰਦਾ ਇਸ ਕਾਰਜਕ੍ਰਮ 'ਚ ਮਤਾ ਮਤਾ ਸਵਾਗਤ ਹੈ, ਦੂਆ ਇਹ ਹੈ ਕਿ ਰਣਵੀਰ ਨਹਿਰ ਦਾ ਪਾਣੀ ਜਿਹੜਾ ਹੈ ਬੜਾ ਘੱਟ ਪੁੱਜਾ ਕਰਦਾ ਹੈ ਅਗਲੇ ਬੰਨੇ ਤੱਕ, ਕੀ ਕਾਰਨ ਹੈ? ਦੇਖੋ ਗੱਲ ਇਹ ਹੈ ਕਿ ਮੈਂ ਸਾਗਰੀ ਤੁਸੀਂ ਸੁਣਾ ਰਣਵੀਰ ਕੈਨਾਲ ਰਣਵੀਰ ਸਿੰਘਪੁਰਾ ਔਰ ਰਣਵੀਰ ਬਾਸਮਤੀ, ਬਿਲਕੁਲ ਬੜਾ ਸ਼ਾਇਦ ਇੱਕ ਮੇਲ ਹਾ ਕੰਬੀਨੇਸ਼ਨ, ਬਾਈ ਗ੍ਰੈਵਿਟੀ ਪਾਣੀ ਚਾੜਨਾ ਹੈ ਮਹਾਰਾਜ ਜੀ ਦੀ ਸੋਚ ਹੀ, ਬਿਲਕੁਲ ਅੱਜ ਕੱਲ੍ਹ ਤੇ ਇੱਕ ਲਿਫਟ ਲਾਉਣ ਦੇ ਪੰਜ ਪੰਜ ਵੱਡੇ ਟਿਊਬਵੈਲ ਕੰਨਾ ਮਸ਼ੀਨਾਂ ਲਾਉਂਦੇ ਨੇ ਪਾਣੀ ਚਾੜਨੇ ਵਾਸਤੇ, ਫਿਰ ਵੀ ਪੂਰਾ ਹੁੰਦਾ, ਅੱਜ ਪੋਜੀਸ਼ਨ ਇਹ ਹੈ ਕਿ ਦਰਿਆ ਦੀ ਡੰਘਾਈ ਤੇ ਬਦੁੱਲੀਆਂ ਦਾ ਪਾਣੀ ਦੇ ਸੁਚੇਤਗੜ੍ਹ ਪਾਣੀ ਜਾਂ ਰਾਮਗੜ੍ਹ ਪਜਾਣਾ ਹੋਇਆ
ਬਾਈ ਗ੍ਰੈਵਿਟੀ ਤੇ ਮਹਾਰਾਜ ਸਾਹਿਬ ਦੀ ਗੱਲ ਦੇਣ ਸੀ, ਬਾਕੀ ਜਿਹੜੇ ਨਵੇਂ ਇੰਜੀਨੀਅਰ ਆਏ ਦੇਣੇ ਤੇ ਤਬਾਹ ਕੀਤਾ। ਮਾਡਰਨਾਈਜੇਸ਼ਨ ਆਫ ਕੈਨਾਲ ਦੇ ਨਾਂ ਪਰ ਦੇ ਉੱਪਰ ਤੁਸੀਂ ਪੈਸੇ ਨਹੀਂ ਖਰਚਾ ਦੇ, ਕਿਉਂਕਿ ਤੁਸੀਂ ਮਾਡਰਨਾਈਜ਼ ਨਹਿਰ ਕਰੀ ਹੈ। ਅੱਜ ਇਸ ਨਹਿਰ ਦੀ ਪੋਜੀਸ਼ਨ ਇਹ ਬਣੀ ਦੀ ਹੈ ਕਿ 12 ਬੰਦੀ ਬਰਾਂਸ ਬੈਠੇ ਦੇ। ਅੱਛਾ। ਜਿਹੜੇ ਕੁਹਾ ਵਾਰੀ ਸੋਮਵਾਰ ਆਉਣੀ ਹੈ, ਕੁਹਾ ਦੀ ਵਾਰੀ ਮੰਗਲਵਾਰ ਹੈ ਅਤੇ ਕੁਹਾ ਦੀ ਵਾਰੀ ਸ਼ੁੱਕਰਵਾਰ ਹੈ। ਉਹ ਕਿਹੜਾ ਟਾਈਮ ਹਾਂ ਜਿਲ੍ਹਾ ਕਲੋਨੀਆਂ ਨਹੀਂ ਬਣੀ ਦੀਆਂ, ਹੋਰ ਵਾਲੇ ਜ਼ਮੀਨ ਵੀ ਬੜੀ ਮਤੀ ਸੀ, ਜ਼ਮੀਨ ਬੜੀ ਮਤੀ ਸੀ, ਹੁਣ ਤਾਂ ਇੰਨੀ ਰਹੀ, ਪਾਣੀ ਸਾਰੇ ਮਿਲਦਾ ਹਾ। ਅੱਜ ਜ਼ਮੀਨ ਵੀ ਹੈ, ਬੰਬੀਆਂ ਵੀ ਹਨ, ਮੋਟਰ ਵੀ ਹੈ, ਅਤੇ ਹਾਏ ਹਾਏ ਉਹ ਆਦੀ ਕਿਉਂ? ਇਹ ਸਭ ਬੇਪਲਾਨਿੰਗ ਗੱਲਾਂ ਜਿਹੜੀਆਂ ਅਫਸਰਾਂ ਦੀਆਂ ਨਾ, ਉਹ ਸਾਗਰ ਸਾਹਿਬ ਬਾਹਰ ਆਈਆਂ ਬਾਈ ਗ੍ਰੈਵਿਟੀ ਪਾਣੀ ਚੜ੍ਹਨਾ। ਇੱਕ ਉਹ ਸ਼ੁਕਰ ਇਹ ਹੈ ਕਿ ਨਿੱਕਾ ਜਿਹਾ ਖਾਲ ਕੱਢਦੇ ਸੀ ਪਾਕਿਸਤਾਨ ਕੀ ਪੁੱਛਦੇ ਸੀ, ਇਹ ਕੋਈ 2014 ਦੇ ਬਾਅਦ ਬਿਲਕੁਲ ਕੋਈ ਥੋੜਾ ਨਟ ਘਸੋਇਆ, ਪੁੱਛਣਾ ਨਹੀਂ ਪਾਉਂਦਾ ਹੁਣ ਨਾ ਜੀ ਨਾ ਪਾਕਿਸਤਾਨ ਆਣੇ ਉਹਨੇ ਜਾਈਏ ਤੇ ਜਿੱਥੇ ਨਹਿਰ ਸੀ ਜਿਸਨੂੰ ਨਿਕਲਦੀ ਸੀ ਸਾਡੀ ਦਰਿਆ ਚਾ, ਉੱਥੇ ਖੜੋਈ ਜਾਣਾ ਫੀਤੇ ਲਈਏ, ਉਹ ਫੀਤੇ ਜਿਹੜੇ ਨਾ ਮਿਲਣੇ ਵਾਲੇ ਬੰਦ ਹੋਈ ਹੈ। ਲੇਕਿਨ ਅਗਰ ਫੀਤੇ ਬੰਦ ਹੋਈ ਹੈ, ਜਿਹੜੇ ਵੱਖਰੇ ਵੱਖਰੇ ਸਾਈਫਨ ਸਾਡੇ ਚੱਲਦੇ ਹੈ ਜਿਹਦੇ ਜਾਂ 200 ਕਿਊਸਕ ਪਾਣੀ ਇੱਥੇ ਗਿਆ, 500 ਕਿਊਸਕ ਇੱਥੇ ਗਿਆ, 1000 ਇੱਧਰ ਗਿਆ, 2000 ਇੱਧਰ ਗਿਆ, ਸਾਈਫਨ ਵੀ ਪਾਣੀ ਜਿਹੜੇ ਨੇ ਉਹ ਵੀ ਲੈ ਕਰਾ ਦੇ, ਪਾਣੀ ਉਹਨੇ ਵੀ ਨਹੀਂ ਮਿਲਾ ਦੇ, ਅਤੇ ਬਦੁਲੀਆਂ ਵਾਲੇ ਵੀ ਰੋਆ ਦੇ, ਸੁਚੇਗੜ ਵਾਲੇ ਰੋਆ ਦੇ, ਬਿਸ਼ਨਾਈਏ ਵੀ ਰੋਆ ਦੇ, ਕਸਰ ਕੁੱਥੇ ਹੈ ਅਤੇ ਕਮੀ ਕੁੱਥੇ ਹੈ? ਇਹਦੀ ਨਾ ਗੱਲ ਅਫਸਰੇ ਸੁਣੀ, ਨਾ ਗੱਲ ਪਜਾਣੇ ਵਾਲੇ ਸੁਣੀ। ਉਹ ਕੁਛ ਸਾਡੀਆਂ ਕਿਸਾਨ ਸੰਗਠਨ ਜਿਹੜੇ ਨੇ ਉਹ ਵਕਤਨ ਵਕਤਨ ਜਿਹੜੇ ਨੇ ਬੋਲਦੇ ਨੇ, ਚਾਹੇ ਆਰਸਪੁਰਾ ਦੇ ਅੰਦਰ ਕਿਸਾਨੇ ਦੇ ਵੱਖਰੇ ਵੱਖਰੇ ਸੰਗਠਨ ਦੇ ਨੇਤਾ ਨੇ, ਜਾਂ ਵਿਸ਼ਨਾਹ ਦੇ ਅੰਦਰ ਨੇ, ਜਾਂ ਰਾਮਗੜ੍ਹ 'ਚ ਨੇ ਬੋਲਦੇ ਨੇ, ਲੇਕਿਨ ਗੱਲ ਇਹ ਸੁਣਿਆ ਕੌਣ? ਸੁਣਦਾ ਕੋਈ ਨਹੀਂ ਹੈ। ਮਹਾਰਾਜ ਅਸ ਖਾਲ ਕੱਢਦੇ ਹੈ ਜਿਲ੍ਹਾ, ਉਸਲੇ ਲੋਕ ਸਹਿਮਤੀ ਬੁਲਾਉਂਦੇ, ਪੂਰਾ ਪੂਰਾ ਪਿੰਡ ਕਈਆਂ ਲਈਏ ਅਤੇ ਖਾਲ ਕੱਢਦੇ ਪਿੰਡ 'ਚ, ਇਹਨੇ ਕਮਾਂਡ ਏਰੀਆ ਡਿਵੈਲਪਮੈਂਟ ਲਈ ਜਾਂਦੀ, ਪੱਥਰਾਂ ਦੇ ਖਾਲ ਬਣਾਈ ਦਿੱਤੇ, ਲੇਕਿਨ ਰਿਪੇਅਰ ਨਹੀਂ ਰੱਖੀ ਉਹ 'ਚ। ਅੱਛਾ। ਬਣਾਈ ਸਕਦੇ ਹੋ, ਜੇ ਟੁੱਟੀ ਆ ਤਾਂ ਬਣਾਈ, ਫਿਰ ਦੁਬਾਰਾ ਰਿਪੇਅਰ ਨਹੀਂ ਕਰਨਾ। ਅੱਛਾ। ਪੱਥਰ ਚੁੱਕਿਆ ਤਵੀ ਦਾ, ਉਹ ਸਾਡੇ ਖੇਤਰਾਂ ਤੱਕ ਪਜਾਇਆ ਉੜਿਆ, ਪਜਾਇਆ ਕੁਹਨਾ ਇਸੇ ਸਰਕਾਰ ਨੇ, ਵੱਟੋ ਵੱਟਾ ਖੇਡਿਆ, ਵੱਟੋ ਵੱਟਾ ਹੋਈ ਆ ਮਹਾਰਾਜ, ਅੱਜਾ ਹੀ ਗੱਲ ਨਹੀਂ ਕਰਾਂ, ਮੈਂ 10 ਸਾਲ ਪਹਿਲੀ ਗੱਲ ਕਰਾਂ। ਅੱਛਾ। ਜਿਹੜੀਆਂ ਸਕੀਮਾਂ ਆਈਆਂ, ਅੱਜ ਕੈਸ਼ ਕਰਾਪ ਵਾਲੇ ਪਾਸੇ ਕਿਸਾਨ ਜ਼ਿਆਦਾ ਹੈ, ਅੱਜ ਡੇਅਰੀ ਸੈਕਟਰ 'ਚ ਕਿਸਾਨ ਜ਼ਿਆਦਾ ਹੈ, ਅੱਜ ਫਲੋਰੀਕਲਚਰ 'ਚ ਕਿਸਾਨ ਜ਼ਿਆਦਾ ਹੈ, ਔਰ ਬਰਮੀ ਕੰਪੋਜ ਕਿਸਾਨ ਜ਼ਿਆਦਾ ਹੈ, ਲੇਕਿਨ ਉਹਦੇ ਬਾਅਦ ਵੀ ਹਾਏ ਹਾਏ ਉਹ ਆਦੀ ਹੈ ਕਿਉਂ? ਉਹਦੀ ਵਜ੍ਹਾ ਇਹ ਹੈ ਕਿ ਸਾਡੇ ਕੋਲ ਸਾਰੇ ਕੋਲ ਵੱਡੀ ਯੂਨੀਵਰਸਿਟੀ ਹੈ ਜੀ, ਸ਼ੇਰੇ ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ ਆਦਿ ਨੇ, ਬੜੇ ਚਿਰਾਂ ਦੇ ਰੋਆ ਦੇ ਹਾਂ, ਜੰਮੂ ਕਸ਼ਮੀਰ ਕਿਸਾਨ ਕੌਂਸਲ ਨੇ ਵੀ ਰੋਲਾ ਪਾਇਆ, ਸਾਰੇ ਪਾਇਆ, ਪਰ ਇਹਦਾ ਨਾਂ ਬਦਲੋ, ਜਿਹੜਾ ਸ਼ੇਰੇ ਕਸ਼ਮੀਰ ਤੋਂ ਰੱਖੇ, ਬਾਬਾ ਜਿੱਤੋ ਜਿਹੜਾ ਆ ਉਹ ਦੇਵਤਾ ਹਾ ਕਿਸਾਨੇ ਦਾ, ਜਿਹਨੇ ਸ਼ਹੀਦੀ ਦਿੱਤੀ ਆਪਣੀ, ਬਾਬਾ ਜਿੱਤੋ ਕਿਸਾਨੇ ਦਾ ਹੈ ਮਹਾਰਾਜ, ਉਹਨੇ ਆਖਿਆ ਮੈਂ ਤੇ ਆ ਫਸਲ ਇਹ ਨਹੀਂ ਲੈਣੀ, ਜੇ ਮੇਰਾ ਕਖਾਦ ਹੈ ਤੇ ਫਿਰ ਖੂਨ ਰਲਾਈਏ ਦੇਗਾ। ਮੈਂ ਗੱਲ ਆਖਣਾ ਚਾਹੁੰਦਾ ਕਿ ਅਗਰ ਰਵੀਨ ਬਾਸਮਤੀ ਹੀ ਅੱਜ ਕੁੱਥੇ ਹੈ, ਰਣਵੀਰ ਕੈਨਾਲ ਅੱਜ ਕੁੱਥੇ ਹੈ? ਕਿਸਾਨ ਆਖਦਾ ਕਿ ਬੰਬੀਆਂ ਦੇ ਕਿਰਾਏ ਜਿਹੜੇ ਸਾਡੇ ਨੇ ਘਟਾਓ, ਇਹ ਮਤਲਬ ਬੰਬੀਆਂ ਚੱਲ ਦੀਆਂ ਨੇ, ਬਿਲਕੁਲ ਤੁਸੀਂ ਪਾਣੀ ਨਹੀਂ ਪਜਾਇਆ, ਅਗਰ ਪਾਣੀ ਪਜਾਇਆ ਹੁੰਦਾ ਹੈ ਆਪਣੇ ਮੋਟਰਿੰਗ ਲਾਉਂਦੇ, ਤੁਸੀਂ ਚਾਰੇ ਪਾਸੇ ਕਿਸਾਨ ਕੀ ਇਹ ਦੇਖਾ ਦਿਓ ਕਿ ਅਸੀਂ ਇਹਦਾ ਨਟ ਕਿਵੇਂ ਕੱਸੇ ਜਾਣ। ਜਿਹੜਾ ਮਹਿਕਮਾ ਨਾ ਇਹਦੇ ਕੋਲ ਇੱਕ ਫੋਟੋ ਭੇਜਦੀ ਹੈ, ਤੁਸੀਂ ਦੇਖਿਓ ਕੁਦਾ। ਅੱਛਾ। ਇੱਕ ਕਿਸਾਨ ਬੈਠੇ ਦਾ ਤੇ ਦਰੇੜਾਂ ਪੈ ਦੀਆਂ ਸਾਰੀਆਂ ਜ਼ਮੀਨਾਂ 'ਚ, ਸੂਰਜ ਵਾਲੇ ਪਾਸਾ ਦੇਖਾ ਦਾ, ਕੰਨਾ ਤੁਸੀਂ ਮਾਡਰਨਾਈਜ਼ ਕਰਾ ਦਿਓ ਕਿਸਾਨਾਂ ਕੀ,
ਇਹਦੀ ਤਰੈ ਗੁਣਾ ਤੁਸੀਂ ਇਨਕਮ ਵਧਾ ਦਿਓ ਤੇ ਫੋਟੋ ਫਿਰ ਉਗੜੀ ਲਾਈਦੀ, ਫੋਟੋ ਲੱਗਣੀ ਚਾਹੀਦੀ, ਰੂਟਾਵੀਟਰ ਅੱਟ ਬੂਟਾ ਚਲਾਦਾ ਬਿਲਕੁਲ, ਲੈਵਲਿੰਗ ਵਾਲੀ ਮਸ਼ੀਨਾਂ ਚਲਦੀਆਂ ਨੇ, ਉਹ ਸ਼ੈੱਡ ਲਾਈਏ ਬੈਠਾ ਸਾਰਾ ਕਿਸਾਨ, ਉਹ ਕਿਸਾਨ ਬੈਠਦਾ ਹੋਇਆ ਜਾਗ ਦੋ ਢਾਈਆਂ ਪਾਈਏ ਬੈਠੇ ਦੇ, ਹੁਣ ਪਤਾ ਲੱਗਿਆ ਕਿਸਾਨ ਅਮੀਰ ਹੋਇਆ ਬਿਲਕੁਲ, ਅੱਜ ਵੀ ਉਹ ਸੂਰਜ ਵਾਲੇ ਪਾਸੇ ਕਈ ਰੱਖੀਏ ਦਿਖਾ ਦਾ ਹੋਇਆ ਤੇ ਤੁਹਾਡੀ ਕਿਹੜੀ ਵਾਧਾ ਹੋਇਆ ਜੀ ਬਿਲਕੁਲ। ਇੱਕ ਚੀਜ਼ ਆਖਣਾ ਚਾਹੁੰਦਾ ਕਿ ਮਹਿਕਮਾ ਰਾਈ ਬਾਈ ਜਿਹੜਾ ਹੈ, ਜਿਹੜੇ ਲੋਕ ਉਹਦੇ ਵਿੱਚ ਲੱਗੇ ਦੇ ਨੇ, ਬੜੇ ਅੱਛੇ ਅਫਸਰ ਵੀ ਹਨ ਜਿਹੜੇ ਆਪੋ ਵੀ ਜਾਤੀ ਤੌਰ ਪਰ ਵੀ ਲੋਕਾਂ 'ਚ ਜਾਂਦੇ ਨੇ, ਨਵੇਂ ਸ਼ਹਿਰ 'ਚ ਬੜੇ ਅੱਛੇ ਐਸੇ ਅਫਸਰ ਨੇ ਜਿਹੜੇ ਅੱਜ ਵੀ ਆਪੋ ਜੀ ਜਾਂਦੇ ਨੇ। ਥੋੜ੍ਹਾ ਜਿਹਾ ਇੱਕ ਚੀਜ਼ ਆਵਾਜ਼ੀ ਹੈ ਕਿ ਇਹ ਜਿਹੜਾ ਮਹਿਕਮਾ ਐਗਰੀਕਲਚਰ ਕਰਨਾ, ਜਿਹੜਾ ਸਿਸਟਰ ਕੰਸਰਨ ਡਿਪਾਰਟਮੈਂਟ ਨੇ, ਗਵਰਨਰ ਸਾਹਿਬ ਨੇ ਇੱਕ ਜਗ੍ਹਾ ਕਰਨੇ ਚਾਹੀਦੇ, ਦੇਣੇ ਚਾਹੀਦੇ ਕੁਛ ਇਹ ਸੀ ਕਿ ਜਿਹਦੇ ਕੋਲ ਇਰੀਗੇਸ਼ਨ ਵੀ ਹੋਇਆ, ਜਿਹਦੇ ਕੋਲ ਫਰਟੀਲਾਈਜ਼ਰ ਵੀ ਹੋਇਆ, ਜਿਹਦੇ ਕੋਲ ਐਗਰੀਕਲਚਰ ਵੀ ਹੋਇਆ, ਤਾਂ ਕਿ ਤੁਸੀਂ ਪਤਾ ਲੱਗਿਆ ਕਿ ਮੁੰਜੀਆਂ ਲਾਣੀਆਂ ਅਤੇ ਪਾਣੀ ਕਦੋਂ ਚਾਹੀਦਾ ਅਤੇ ਪਾਣੀ ਰੋਕਣਾ ਕਦੋਂ ਹੈ। ਇਹ ਐਗਰੀਕਲਚਰ ਵਾਲਾ ਆਪਣਾ ਰੋਆ ਦਾ, ਦੂਆ ਪਾਣੀ ਛੋੜੀ ਜਾਦਾ, ਅਸ ਪਾਣੀ ਬਸ ਆਖਾ ਬੰਦ ਕਰੋ ਤਾਂ ਦੂਆ ਆਈ ਜਾਂਦਾ ਮਹਾਰਾਜ ਕਿ ਨਾ ਆਓ ਜੀ ਅਸਾਂ ਬੀ ਕੀਪਿੰਗ ਵਾਲੇ ਆਈਏ ਮਹਾਰਾਜ ਸ਼ਹਿਦ ਕੱਢਣ, ਕੱਢਾ ਦਿਓ ਕੋਲੋਂ। ਇੱਕ ਰਲਾ ਮਿਲਾ ਜਿਹੜਾ ਸਿਸਟਮ, ਇਹਦਾ ਕਮਿਊਨੀਕੇਸ਼ਨ ਨਹੀਂ ਹੈ ਕੋਈ। ਮਾਨ ਸਾਹਿਬ ਅੱਜ ਦੇਖਾ ਕਰਨੇ ਆ ਬਈ, ਜਿਸ ਵੇਲੇ ਵੀ ਲੈਬ ਲਾਣੇ ਦੀ ਵਾਰੀ ਆਉਂਦੀ ਹੈ, ਪਾਣੀਆਂ ਦੀ ਕਿੱਲਤ ਲਈ ਹਾਹਾਕਾਰ ਮਚੀ ਜਾਂਦਾ, ਮਹਿਕਮੇ ਕੀ ਪਤਾ ਭਾਈ ਹਾਹਾਕਾਰ ਮਚਣਾ, ਉਹ ਵੀ ਸਵਾਦ ਲਾਈ ਉੱਠਦਾ, ਕੀ ਕਾਰਨ ਹੈ, ਕੁੱਥੇ ਵਿਘਨ ਪਵਾ ਕਰਦਾ, ਕਿਆ ਨਹਿਰਾਂ ਦੀ ਸਫਾਈ ਸਹੀ ਤਰੀਕੇ ਕੰਨ ਨਹੀਂ ਹੋਇਆ ਕਰਦੀ, ਜਾਂ ਪਿੱਛੋਂ ਪਾਣੀ ਘੱਟ ਨਹੀਂ ਆਵਾ ਕਰਦਾ, ਜ਼ਮੀਨ ਘਟਾ ਦੀ ਹੈ ਪਾਣੀ। ਮਹਾਰਾਜ ਮੈਂ ਸੁਣਾਇਆ ਕਿ ਪਾਣੀ ਅਗਰ ਘੱਟ ਆਵਾਦਾ ਹੈ, ਕਿਉਂ ਹੀ ਸਦਾ ਪਾਣੀ ਘੱਟ ਆਵਾਦਾ ਜ਼ਮੀਨ ਮਤੀ। ਕੱਲ ਮੈਂ ਸਤਰਾਈਆਂ ਕੈਂਪ ਦਾ ਸਰਪੰਚ ਇਹ ਰੋਆਦਾ ਕਿ ਮਹਾਰਾਜ ਜਿਹੜਾ ਸਾਡਾ ਖਾਲ ਹੈ ਉਹਦੇ 'ਚ ਰੂਰਲ ਡਿਵੈਲਪਮੈਂਟ ਵਾਲੇ PHE ਨੇ ਪਾਈਪ ਪਾਈ ਉੜੀ ਦੀ ਹੈ, ਇਹਨੇ ਉਸੀ ਉੱਪਰ ਪਾਈ ਉੜਿਆ, ਪਲਸਤਰ ਕਰੀਏ ਛੱਡ ਉੜਿਆ, ਉਹ ਪੈਪਾਂ ਬਾਹਰ ਰਹੀਆਂ, ਡਾਫ ਲੱਗਣੀ ਹੈ ਸਾਰੇ ਜਗ੍ਹਾ, ਨਹੀਂ ਪਾਣੀ ਚੜ੍ਹਦਾ, ਕਿਉਂ ਨਹੀਂ ਸੁਣਾ ਜ਼ਿਮੀਦਾਰਾਂ ਦੀ, ਉਸੀ ਪਤਾ ਪਾਣੀ ਕੀ ਹੈ ਚਾਣਨਾ। ਇੰਜੀਨੀਅਰ ਇੱਕ ਜੋ ਲੈਂਦਾ ਦੂਰਬੀਨ ਜੀ ਜਿਹੜੇ ਖੜੋਈ ਜਾਂਦਾ ਹੈ, ਉਹਦੇ ਕੋਲ ਕੁਛ ਕਿਸਾਨਾਂ ਦੀ ਆਵਾਜ਼ ਮਾਰਦਾ ਸੁਣਾ ਵੀ ਤਾਂ ਪਾਣੀ ਕਿੰਨਾ ਚੜ੍ਹਦਾ, ਕਿੰਨਾ ਚੜ੍ਹਨਾ ਚਾਹੀਦਾ। ਔਰ ਲੋਟੀ ਪਾਈ ਦੀ ਹੈ, ਅੱਛਾ ਮੈਂ ਤੁਸੀਂ ਗੱਲ ਸੁਣਾ, ਇਹ ਮਹਿਕਮਾ ਕੋਈ ਸਾਫ ਨੇ ਜੀ? ਅੱਛਾ ਨਾ ਨਾ ਨਾ, ਇਹ ਮਹਿਕਮਾ ਅਗਰ ਸਾਫ ਹੁੰਦਾ, ਮੈਂ ਵੱਡੀ ਗੱਲ ਜ਼ਿੰਮੇਵਾਰੀ ਕਨ ਆਖਦਾ, ਮੈਂ ਇੱਕ ਗੱਲ ਤੁਸੀਂ ਸੁਣਾ ਜਿਹੜਾ ਸਾਗਰ ਜੀ, ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਜ਼ਿਮੀਦਾਰਾਂ ਦੀ ਆਮਦਨ ਜਿਹੜੀ ਹੈ ਉਹ ਦੁੱਗਣੀ ਕਰਨੀ, ਔਰ ਕਰਾ ਦੀ ਵੀ ਹੈ ਸਰਕਾਰ। ਮੈਂ ਆਖਦਾ ਕਿ ਅੱਜ ਫੁੱਲ ਪੈਦਾ ਹੋਇਆ ਹੈ, ਅੱਜ ਤੁਸੀਂ ਨਥਾ ਟਾਪ ਜਾਓ ਉੱਥੇ ਤੁਹਾਡਾ ਪੋਟੈਟੋ ਪੈਦਾ ਹੋਇਆ, ਟਿਸ਼ੂ ਕਲਚਰ ਪੋਟੈਟੋ ਆਈ ਹੈ, ਚਿਪਸ ਜਿਹੜੀ ਹੈ ਉਹਦੇ ਵਾਸਤੇ ਆਲੂ ਬਣਨ ਵਾਸਤੇ ਸਾਡੇ ਰਨੀਆ ਸੈਕਟਰ ਚ ਇਸਲੇ ਆਲੂ ਸਾਹਮਣਾ ਬੰਜ ਲਵੈਂਡਰ ਪੈਦਾ ਹੋਇਆ, ਲਵੈਂਡਰ ਪੈਦਾ ਹੋਇਆ, ਲੇਕਿਨ ਇਹ ਕੀ ਕਰਾ ਦੇ ਨੇ, ਇਹ ਸਰਕਾਰ ਦੀ ਮਨਸ਼ਾ ਦੇ ਮੁਤਾਬਕ ਨਹੀਂ ਚਲਾ ਦੇ। ਮਹਾਰਾਜ ਨਰਿੰਦਰ ਭਾਈ ਮੋਦੀ ਨੇ ਜਿਹੜਾ ਆਖਿਆ ਕਿ ਸਰਕਾਰ ਜਿਹੜੀ ਹੈ ਕਿਸਾਨੇ ਕੀ ਡਬਲ ਜਿਹੜੀ ਹੈ ਇਨਕਮ ਦੇਗ, ਇਹ ਥੱਲੇ ਆਪਣਾ ਮਾਇੰਡ ਪਜਾਉਂਦੇ ਅਗਰ ਇਹ ਕਰਦੇ ਕੰਮ, ਪੁੱਛਦੇ ਨਹੀਂ ਇਹਨਾਂ ਨੇ। ਮੰਤ ਜੀ, ਦੋ ਨਹਿਰਾਂ ਬਣੀ ਦੀਆਂ ਇਹ ਮਹਾਰਾਜ ਦੇ ਵੇਲੇ ਦੀਆਂ ਨੇ, ਔਰ ਉਹਦਾ ਤੁਸੀਂ ਪਤਾ ਵਿਜਨ ਬੜਾ ਵੱਡਾ ਹਾ, ਉਹਦੇ ਬਾਅਦ ਜਿਹੜਾ ਦੂਈਆਂ ਸਰਕਾਰਾਂ ਆਈਆਂ ਅਤੇ ਉਹ ਤਾਂ ਪਤਾ ਪ੍ਰਤਾਪ ਨਹਿਰ ਅਤੇ ਆਪਣਾ ਰਣਵੀਰ ਨਹਿਰ, ਉਸ ਦੇ ਬਾਅਦ ਆਜ਼ਾਦੀ ਦੇ ਪ੍ਰੰਤ ਅਗਰ ਅਸੀਂ ਗੱਲ ਕਰਦੇ, ਜਿਹੜੀਆਂ ਵੀ ਨੇ ਨਹਿਰਾਂ ਬਣਾਈਆਂ ਉਹ ਕਾਮਯਾਬ ਨਹੀਂ ਹੋਈਆਂ, ਕੀ ਕਾਰਨ ਰਿਹਾ? ਔਰ ਜਿਸ ਦਾ ਕਾਮਯਾਬ ਸਾਡੇ ਕਿਸਾਨੀ ਮਹਿਕਮਾ ਹੈ, ਉਸ ਦੇ ਰਾਵੀ ਤਵੀ ਇਰੀਗੇਸ਼ਨ, ਹਾਂ ਉਹ ਵੀ ਬਣੀ, ਪਤਾ ਕਰਿਓ ਨਹਿਰ ਹੈ ਆਊਗਾ ਨਹੀਂ ਹੋਣੀ ਹੈ, ਸੋਨੇ ਨਾ ਦੇ ਗੁਣਾ ਹੋਣੀ ਕੁਥਾ ਹੋਣੀ, ਤੁਸੀਂ ਪੱਤਰਕਾਰ ਹੋ ਪਤਾ ਕੱਢਣਾ ਚਾਹੀਦਾ, ਨਹੀਂ ਜਾਣੇ ਪਾਉਣਾ ਉੱਧਰ ਵੀ,
ਜਾਣੇ ਬੁਣਨ ਕੀ ਕਿ ਤੁੰਦੀ ਫਰਾਟੀ ਮਤੀ ਹੁੰਦੀ ਹੈ ਕਿ ਮੈਂ ਗੱਲ ਵਜੂਦ ਚ ਓਹੋ ਮੈਂ ਤੇ ਵਜੂਦ ਚ ਵੀ ਆਖਦਾ ਤੁਹੇਗੀ ਕਿ ਜਿਹੜੀਆਂ ਚੀਜ਼ਾਂ ਸਾਡੇ ਚ ਲੋਕ ਆਦੇ ਪੱਗਾਂ ਪੁੱਗਾਂ ਖੁੱਲੀਆਂ ਮਨਾਸੇ ਵੱਜਣ ਲੱਗੀ ਪਏ ਨੇ, ਜਿਹੜੇ ਬਾਜੇ ਕਦੇ ਨੀ ਵੱਜੇ ਉਹ ਵੀ ਵੱਜਣ ਲੱਗੀ ਪਏ ਨੇ, ਉਹ ਵੱਜਿਆ ਦੇ ਤਾਣ ਹੈ ਕਿ ਭਾਈ ਇੱਥੇ ਮੈਂ ਤੁਸੀਂ ਸੁਣਾ ਚਲੋ ਮੇਰੇ ਕਹਿਣਾ ਕੱਲ ਤੋਂ ਮੈਂ ਚਿਮਣੇ ਚੱਕਣ ਵਾਲੀ ਨਹਿਰ ਦੱਸਾਂ ਬਿਸ਼ਨਾਹ ਦੇ ਅੰਦਰ, ਅਗਰ ਉਹ ਚ ਜੜੀ ਨਹੀਂ ਹੋਇਆ ਮੈਂ ਰਿਆਸਤ ਛੋੜ ਦੇ, ਕਦੇ ਨਹਿਰਾ ਜੜੀ ਹੁੰਦੀ ਹੈ, ਕਿਹੜੀ ਜੜੀ, ਜਿਹੜੀ ਫੁੱਲਿਆਂ ਵਾਲੀ ਜੜੀ ਤਲਾਏ ਚ ਹੁੰਦੀ, ਜਿਹੜੀ ਪਟਾਕੇ ਪਟਾਕੇ ਚਲਾਉਂਦੇ ਖੜੁੱਤ ਪਾਣੀ ਚ, ਜਾਓ ਸ਼ਾਹਪੁਰਾ ਕੋਲ ਚਿਮਣੇ ਚੱਕਣ ਵਾਲੀ ਰੋਡ ਪਰ ਜਾਇਓ, ਅਗਰ ਉੱਥੇ ਨਹੀਂ ਜੜੀ ਹੋਗ ਖੈਰੀ ਵਾਲੀ ਨਹਿਰਾ ਚ ਜੜੀ ਨਹੀਂ ਹੋਗ ਮੇਰੇ ਨਾਲ ਗੱਲ ਕਰਿਓ, ਜ਼ਿੰਮੇਵਾਰੀ ਕਿਹਨੇ ਆਖਾ ਨਾ ਆਖਿਆ ਮਹਿਕਮਾ ਕੱਲ ਕਿ ਜਿਹੜਾ ਇੰਟਰਵਿਊ ਹੋਇਆ ਉਹ ਗਲਤ ਹੋਇਆ, ਜੜੀ ਨਹੀਂ ਹੈ, ਜੇ ਮੈਂ ਪਟਾਕੇ ਠਵਾਲੀ ਨੂੰ ਦੱਸਾਂ ਗੁਣੇ ਵੀ ਉੱਥੇ ਹੈ ਜੜੀ, ਫਿਰ ਗੱਲ ਇਹ ਹੈ ਕਿ ਪੈਸਾ ਸੈਂਟਰ ਸਪਾਂਸਰ ਸਕੀਮ ਦਾ ਸ਼੍ਰੀਮਾਨ ਜੁਗਲ ਕਿਸ਼ੋਰ ਸ਼ਰਮਾ ਜੀ ਸਾਡੇ ਜਿਹੜੇ ਇੱਥੇ ਮੈਂਬਰ ਆ ਪਾਰਲੀਮੈਂਟ ਨੇ, ਕੇਂਦਰ 'ਚ ਡਾਕਟਰ ਜਤਿੰਦਰ ਸਿੰਘ ਹੋ ਰਿਹਾ ਉਹਦੇ ਅਣਥੱਕ ਪ੍ਰਯਾਸ ਕਰਨੇ ਆਵਾਦਾ ਲਾਣਾ ਜਿਹੜਾ ਹੈ ਉਹ ਅਫਸਰ ਦੇ ਕੰਮ ਲੱਗਾ ਦਾ ਨਹੀਂ ਕੁੱਥੇ ਪੈਸਾ ਜ਼ਿਆਦਾ, ਫਿਰ ਤੁਸੀਂ ਮੈਂ ਪਹਿਲਾਂ ਸੁਣਾਇਆ ਕਿ ਮਾਡਰਨਾਈਜੇਸ਼ਨ ਅੰਗਰੇਜ਼ੀ ਲਫਜਾਈਏ, ਅੱਜ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਸਾਡੇ ਕਦੋਂ ਦੇ ਡਾਕਟਰ ਬਣਾ ਦੇ ਨੇ, ਬੈਟਰਨਰੀ ਡਾਕਟਰ ਹੀ ਐਗਰੀਕਲਚਰ ਵਾਲੇ ਦਾ, ਬਿਲਕੁਲ ਇਹਨੇ ਪੁੱਛਿਆ ਤੁਹਾਡੇ ਕੋਲ ਬੁੱਲ ਹੈ ਤੁਹਾਡੇ ਕੋਲ ਗਊ ਹੈ ਉੱਥੇ ਕਿੰਨਾ ਮਾਰਾ ਅਮਾਊਂਟ ਕਰਦਾ ਤੇ ਕਿੰਨਾ ਸੀਮੈਂਟ ਡੋਨੇਟ ਕਰਦਾ ਬੁੱਲ, ਨਹੀਂ ਕੁੱਤੇ ਦੀਆਂ ਗੱਡੀਆਂ ਤੇ ਬੜੀਆਂ ਜਾਂਦੀਆਂ ਬਰੋ, ਮਾਰੇ ਅਫਸਰੇ ਦੀਆਂ ਦੇਖੋ ਨਾ ਫਿਰ ਮਾਰਾ ਸਾਗਰ ਜੀ ਪਤਾ ਤੁਸੀਂ ਸਾਰਾ ਆਪਣੀ ਜਵਾਨ ਦੂਏ ਦੇ ਮੂੰਹੇ ਪਾਉਂਦੇ ਹੋ, ਮਿਗੀ ਇਹ ਦੱਸੋ ਕਿਆ ਇਹਦੇ ਕੋਲ ਸੀਮੈਂਟ ਬੈਂਕ ਹੈ ਸ਼ੇਰ ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ 'ਚ, ਕਿਆ ਬੁੱਲ ਹੈ ਨਾ ਆਪਣੇ ਘੋੜੇ ਹੈ ਨਾ, ਅਗਰ ਕੋਈ ਨੇ ਪ੍ਰੈਕਟੀਕਲ ਪੜ੍ਹਨਾ ਜਾਂ ਬਲੈਕ ਬੋਰਡ ਪਰ ਕੇ ਬੱਚਾ ਛਾਪਣਾ ਤੋਂ ਪੜ੍ਹਾਉਣਾ, ਹਾਂ ਕੋਈ ਅਗਰ ਕਰੇ ਇਹਦੀ ਬਰੀਡ ਪਾਲਿਸੀ ਆਈ ਜਾਂਦੀ ਹੈ, ਅੱਛਾ ਇਹਨੇ ਬੰਦਾ ਪੁੱਛਿਆ ਕਿ ਭਾਈ ਮੇਰੇ ਤੁਹਾਡੀ ਐਚ ਐਫ ਹੈ, ਤੁਹਾਡੀ ਹੋਸਟਲ ਫਰੀਜਨ ਨਹੀਂ ਹੈ ਤੇ ਐਫ ਟੂ ਹੈ, ਤੁਹਾਡੀ ਜਰਸੀ ਹੈ, ਤੁਹਾਡੀ ਸ਼ਾਹੀਵਾਲ ਹੈ, ਤੁਹਾਡੀ ਗੀਰ ਹੈ, ਤੁਹਾਡੀ ਥਾਰਪਰਕਰ ਹੈ, ਤੁਹਾਡੀ ਰੈੱਡ ਸਿੰਧੀ ਹੈ, ਤੁਹਾਡੀ ਆਪਣੀ ਨਸਲ ਕਿਹੜੀ ਹੈ, ਆਪਣੀ ਕੋਈ ਵੀ ਨਹੀਂ, ਤੇ ਜੇ ਕੋਈ ਕਰੇ ਨਹੀਂ ਜੀ ਸਾਡੀ ਬਰੀਡ ਪਾਲਿਸੀ ਨੇ ਕਲੈਸ਼ ਹੋਇਆ ਅਸੀਂ ਕਿਹੜੀ ਗਾਓ ਲਖਨਪੁਰਾ ਨਹੀਂ ਅੰਦਰ ਆਉਣ ਦੇਣੀ, ਉਹ ਕਿਉਂ ਹੁਣ ਫਿਰ ਤੁਸੀਂ ਮੈਂ ਕੀ ਆਖਾਂ ਵੀ ਉਹ ਕਿਉਂ, ਇਹਦਾ ਜਵਾਬ ਤਾਂ ਇਹਨੇ ਪੁੱਛਣਾ ਚਾਹੀਦਾ, ਤੁਸੀਂ ਤੁਹਾਡੇ ਕੋਲ ਵੀ ਇਹ ਹੈ ਨਾ ਪੁੱਛਣ ਵਾਲਾ ਮਹਿਕਮਾ, ਡਾਇਰੈਕਟਰ ਐਨੀਮਲ ਹਸਬੈਂਡਰੀ ਕੀ ਚੂਚੇ ਵੰਡਣੇ ਅਤੇ ਕਦੋਂ ਕੁੱਕੜੀਆਂ ਹੋਣੀਆਂ ਅਤੇ ਉੱਥੇ ਤੁਸੀਂ ਫੋਟੋ ਪਹੁੰਚਾ ਲੈਂਦੇ ਹੋ, ਇਹਨੇ ਪੁੱਛਿਓ ਵੀ ਜਿਲ੍ਹਾ ਪਾਲਿਸੀ ਬਣਾਉਣੀ ਹੈ ਸਾਡੇ ਕਮਿਊਨਿਟੀ ਬਲ ਬੁੱਲ ਆਉਂਦੇ ਇਹ, ਜਿੱਥੇ ਡੰਗਰਾਂ ਵਾਲਾ ਸਥਾਨ ਨਹੀਂ ਪੁੱਛਦਾ ਉੱਥੇ ਬੁੱਲ ਦਿੰਦੇ ਇਹ, ਇਹ ਮੁਰਰਾ ਜਾਤੀ ਦਾ ਬੁੱਲ ਦੇਣਾ ਜੀ, ਇਹਨੇ ਕੀ ਹੋਸਟਲ ਫਰੀਜਨ ਦਾ ਮਾਰਾ ਬੱਛਾ ਦੇਣਾ ਜੀ, ਤਾਂ ਕਿ ਉਸ ਇਲਾਕੇ 'ਚ ਨਸਲ ਜਿਹੜੀ ਹੈ ਨਸਲ ਕਸੀ ਹੋ ਸਕੇ ਕਿੰਨੇ ਚਿਰ ਹੋਏ ਜੇ ਬੁੱਲ ਆ ਜਾਂਦੇ ਕੋਲ ਪੁੱਛੋ ਨਹੀਂ, ਇਹਨੇ ਕਿ ਅਗਰ ਬੰਦਾ ਪੁੱਛਿਆ ਹੈ ਸ਼ੇਰੇ ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ ਕੀ ਕਿ ਪਿਛਲੇ ਦਸੇ ਵਰੇ 'ਚ ਕਿੰਨੇ ਸੀਡ ਜਿਹੜੇ ਨਵੇਂ ਤਿਆਰ ਕੀਤੇ ਤੁਸੀਂ, ਕਿ ਮਾਰੇ ਇਹ ਬਾਸਮਤੀ ਇਹ ਚੈਨਾ ਇਹ ਰਤਨਾ ਇਹ ਅਸੀਂ ਤਿਆਰ ਕੀਤਾ ਨਵਾਂ ਜੀ, ਇਹਦਾ ਇੰਨਾ ਝਾੜ ਹੈ ਦੱਸੋ, ਤੇ ਜੇ ਹੈ ਤਾਂ ਬਈ ਸ਼ਾਬਾਸ਼ ਜੀ, ਜੇ ਨਹੀਂ ਹੈ ਤੇ ਕੱਢੋ ਬਾਹਰ, ਬਿਲਕੁਲ ਗੱਲ ਇਹ ਹੈ ਸਾਗਰ ਜੀ, ਗਵਰਨਰ ਸਾਹਿਬ ਜਿਹੜੇ ਨੇ ਇੱਥੋਂ ਦੇ ਉਹ ਚਾਂਸਲਰ ਨੇ ਯੂਨੀਵਰਸਿਟੀ ਦੇ ਸ਼ੇਰੇ ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ ਸਾਰੀਆਂ ਦੇ ਹਨ, ਲੇਕਿਨ ਮੈਂ ਆਪਣੀ ਗੱਲ ਕਰਗਾ ਮਹਾਰਾਜ, ਚਕਰੋਈ ਫਾਰਮ 'ਚ ਸ਼ੇਰੇ ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ ਦਾ ਵੀ ਫੇਰਾ ਟੋਰਾ, ਉਹਦਾ ਆਪਣਾ ਵੀ ਪਲਾਟ ਹੈ ਅਤੇ ਐਗਰੀਕਲਚਰ ਦੇ ਵੀ ਹਨ, ਜਾਓ ਦਾਅਵੇ ਕਰਨਾ ਆਖਣਾ ਮੈਂ ਕਿ ਜਿਹੜਾ ਸਾਡਾ ਉੱਥੇ ਜ਼ਿਮੀਂਦਾਰ ਹੋਗ ਨਾ ਉਹਦੀ ਫਸਲ ਦਿਖਿਓ ਅਤੇ ਇੰਦੀ ਵਾਲੇ ਬੂਟੇ ਦਿਖਿਓ, ਭਲਾ ਸਰਕਾਰੀ ਬੂਟੇ ਅਤੇ ਗੈਰ ਸਰਕਾਰੀ, ਹਾਂ ਪਰ ਜ਼ਿਮੀਂਦਾਰ ਦਿਖਿਓ ਉਹ ਮਾੜਾ ਅਤੇ ਅਫਸਰ ਤਕੜਾ,
ਫਸਲ ਹੁੰਦੀ ਮਾੜੀ ਸਾਰੀ ਤਗੜੀ ਕਰਾਓ ਨਾ ਕੰਪੀਟੀਸ਼ਨ। ਗੱਲ ਸਿਰਫ ਇੰਨੀ ਹੈ, ਸ਼ੀਪ ਸਪੈਂਡਰੀ ਆ, ਉਹਨਾਂ ਕਿਹਾ ਇਸ ਮਾਰੇ ਬਰੀਡ ਵਾਸਤੇ ਤੁਸੀਂ ਕੀ 25-25 ਮਿੰਨੀ ਫਾਰਮ, 50 ਦਾ ਵੱਡਾ ਫਾਰਮ ਦੇ ਕੇ ਸ਼ੀਪ ਦਾ। ਕਿਆ ਗੁਲਾਮ ਮੁਹੰਮਦ, ਦੀਨ ਮੁਹੰਮਦ ਬੱਕਰਵਾਲ ਗਏ ਪਿੰਡਾਂ ਰੱਖੀ ਸਕਦਾ, ਤੇ ਰਾਮ ਲਾਲ ਸ਼ਾਮ ਲਾਲ ਹੀ ਰੱਖੀ ਸਕਦਾ, ਸਾਡੇ ਕੋਲ ਨੀ ਬਰੀਡਰ ਹੈ, ਸਾਡੇ ਕੋਲ ਬਰੀਡਰ ਨੇ ਕੀ ਹਨ। ਮੇਰੀ ਆਪਣੀ ਜਿਹੜੀ ਸਾਡੀ ਬਰੀਡ ਮੈਂ ਸੈਂਟਰ ਬਣਾਇਆ ਦਾ, ਮੇਰੇ ਕੋਲ ਗਾਵਾਂ ਹਨ, ਮੇਰੇ ਕੋਲ ਗੀਰ ਵੀ ਹੈ, ਮੇਰੇ ਕੋਲ ਸ਼ਾਹੀਵਾਲ ਵੀ ਹੈ, ਮੇਰੇ ਕੋਲ ਸ਼ਾਹੀਵਾਲ ਬੱਚਾ ਜਿਹੜਾ ਇਹਦੇ ਕੋਲ ਕੋਹਾ ਕੋਲ ਵੀ ਨਹੀਂ, ਜਾਓ ਮੇਰੇ ਘਰ ਦੇਖ ਲਓ ਸਵੇਰੇ ਜੀ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਸਾਗਰ ਜੀ, ਸਿਰਫ ਇੱਕ ਗੱਲ ਆਖਣੇ ਆ, ਕਦੇ ਲੋਕ ਹੁਣ ਜਿਹੜੀ ਸਰਕਾਰ ਬਣਾਂਗਣ ਨਾ, ਅੱਛੀ ਸਰਕਾਰ ਚੁਣੀਆਂ ਭੇਜਣ, ਤਾਂ ਕਿ ਇਹ ਸਾਰੀ ਇੰਪਲੀਮੈਂਟ ਹੋਣ। ਇਹ ਜਿਹੜੇ ਕੰਪਿਊਟਰ ਬਈਏ ਬਾਸਮਤੀ ਬਣਾ ਦੇਣਾ, ਕੰਪਿਊਟਰ ਬਈਏ ਆਖਾਏ ਮਾਰੇ ਅਸ ਬੜੀ ਵੱਡੀ ਪਾਲਸੀ ਬਣਾਈ ਉੜੀ ਹੈ, ਕੋਈ ਕੰਮ ਨਹੀਂ। ਕੰਮ ਉਹ ਹੈ ਬਈ ਜਿਹੜਾ ਜ਼ਮੀਨ ਉੱਪਰ ਉਹ ਹੈਗੀਆਂ, ਉਹ ਹੈ ਕਿੰਨੀਆਂ, ਉਹ ਹੈ ਤਾਂ ਕਿ ਤੁਹਾਡੀਆਂ ਲਿਫਟ ਇਰੀਗੇਸ਼ਨ ਸਕੀਮ ਜਿਹੜੀਆਂ ਨੇ ਉਹ ਕਿੰਨੀਆਂ ਇੰਪਲੀਮੈਂਟ ਹੋਈਆਂ ਨੇ, ਇਸਲੇ ਕਿੰਨੀਆਂ ਚਲਾਦੀਆਂ ਨੇ, ਨਹਿਰਾਂ ਜਿਹੜੀਆਂ ਨੇ ਕਿਹੜੀ ਕਿਹੜੀ 'ਚ ਕਿੰਨਾ ਕਿੰਨਾ ਪਾਣੀ ਆਇਆ। ਮੇਰੀ ਸੰਭਾਲਾ ਸਿਰ ਭਾਈ ਰਾਂਝਣ ਲਿਫਟ ਇਰੀਗੇਸ਼ਨ ਬਣੀ ਸਾਡਾ ਇਲਾਕਾ, ਮੇਰੇ ਗ੍ਰਾਂ ਤੱਕ ਉਹਦੇ ਜਿਹੜੇ ਨਾਲੇ ਉਹ ਆਏ, ਪਰ ਹੁਣ ਸਿਰਫ ਇੱਕ ਗ੍ਰਾਂ ਤੱਕ ਗਿਆ, ਥੋੜੀ ਜਿਹੀ ਜ਼ਮੀਨਾਂ 'ਚ ਪਾਣੀ ਲੱਗਾ ਲਾ। ਨਹੀਂ ਪੈਂਪ ਖਰਾਬ ਹੋਈ ਹੈ, ਪੈਂਪ ਨਹੀਂ ਖਰਾਬ ਹੋਏ ਦੇ, ਇਹਦੀਆਂ ਬਾਛਲਾਂ ਖਰਾਬ ਹੋਈਆਂ, ਜਿਸ ਨੇ ਇਹਦੀਆਂ ਬਾਛਲਾਂ ਟੈਡ ਕੀਤੀਆਂ ਲੋਕੇ, ਸਿਰਫ ਲੋਕ ਦੇਖਾ ਦੇ ਕੇ ਨੇ। ਲੇਕਿਨ ਮੈਂ ਇੱਕ ਗੱਲ ਆਖਣਾ ਹਾਂ ਕਿ ਸਰਕਾਰ ਹਿੰਦੁਸਤਾਨ ਦੀ ਐਗਰੀਕਲਚਰ ਡਿਪਾਰਟਮੈਂਟ ਜਿਹੜਾ ਜਿਸੀ ਉਹਨੇ ਨਾਂ ਦਿੱਤਾ ਜ਼ਿਮੀਂਦਾਰੇ ਦੇ ਨਾਂ ਪਰ, ਫਾਰਮਰ ਵੈਲਫੇਅਰ ਡਿਪਾਰਟਮੈਂਟ, ਬਿਲਕੁਲ ਉਹਦੀ ਤਰਫਾ ਅਗਰ ਦੇਖਿਆ ਜਾ ਤਾਂ ਸਾਨੂੰ ਬੜੀ ਸਪੋਰਟ ਹੈ ਸਾਡੇ ਕੈਸ਼ ਕਰਾਪ 'ਚ। ਮੈਂ ਤੁਸੀਂ ਸੁਣਾ ਕੇ ਅੱਜ ਫੁੱਲਾਂ ਪਰ ਬੜਾ ਅੱਛਾ ਕੰਮ ਹੋਇਆ, ਫਲੋਰੀਕਲਚਰ ਸੈਕਟਰ 'ਚ ਬੜਾ ਅੱਛਾ ਕੰਮ ਹੋਇਆ, ਤੁਹਾਡਾ ਬੀ ਕੀਪਿੰਗ ਪਰ ਬੜਾ ਅੱਛਾ ਕੰਮ ਹੋਇਆ, ਬੈਂਬੂ ਮਿਸ਼ਨ ਜਿਹੜਾ ਡਾਕਟਰ ਜਤਿੰਦਰ ਸਿੰਘ ਹੁੰਦੇ ਅਣਥਕ ਪ੍ਰਯਾਸ ਕਰਨ ਆਇਆ, ਅੱਜ ਸੀਡ ਜਿਹੜਾ ਪ੍ਰੋਸੈਸਿੰਗ ਦਾ ਯੂਨਿਟ ਹੈ ਕਠੂਏ 'ਚ ਏਸ਼ੀਆ 'ਚ ਸਾਰਿਆਂ ਨਾਲੋਂ ਅੱਛਾ ਇੱਥੇ ਲੱਗੇਦਾ, ਬੜੇ ਕੰਮ ਹੋਏ ਨਾ। ਲੇਕਿਨ ਜਿਹੜਾ ਨਹਿਰੇ ਵਾਲੇ ਮਹਿਕਮੇ ਨਾ ਆਖਣੇ ਕਿ ਅਗਰ ਮਹਾਰਾਜ ਸਾਹਿਬ ਤੁਸੀਂ ਨਹਿਰ ਨਹੀਂ ਬਣਾਈਏ ਗਏ ਹੁੰਦੇ, ਆਹਾ ਇਹਨੇ ਕਿੱਥੋਂ ਬਣਾ ਲੈਣੀ। ਬਹੁਤ ਬਹੁਤ ਸ਼ੁਕਰੀਆ ਮੰਤ ਜੀ ਤੁਹਾਡਾ। ਅਗਰ ਮਹਾਰਾਜ ਸਾਹਿਬ ਨਹਿਰ ਨਹੀਂ ਬਣਾਈਏ ਗਏ ਹੁੰਦੇ ਰਣਵੀਰ ਜਾਂ ਪ੍ਰਤਾਪ, ਤੇ ਜੰਮੂ ਖਿੱਤੇ ਦੀ ਕੀ ਹਾਲਤ ਹੁੰਦੀ ਇਹ ਤੁਸੀਂ ਵੀ ਚੰਗੀ ਚਾਲੀ ਜਾਣਦੇ ਹੋ, ਕਿਉਂਕਿ ਉਹਦੇ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਉਹਨੇ ਕੀਤੇ, ਨਹਿਰਾਂ ਬਣਾਈਆਂ, ਪਰ ਉਹਦੀਆਂ ਨਹਿਰਾਂ ਜਿਹੜੀਆਂ ਨੇ ਜਾਂ ਤਾਂ ਪੈਂਪ ਸੜੀ ਗਏ ਦੇਣ, ਅਤੇ ਜਾਂ ਉਹ ਸਿਰਫ ਕਾਗਜ਼ੇ ਪੱਤਰੇ ਤੱਕ ਗਏ ਸੀਮਤ ਰਹੀਦੀਆਂ।